ਚੰਡੀਗੜ੍ਹ 'ਚ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਸਨੈਚਰਾਂ ਨੂੰ ਆਖਿਰਕਾਰ ਸੈਕਟਰ 31 ਥਾਣਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਡੇ ਨਾਲ ਸੀਨੀਅਰ ਅਫਸਰ ਮੌਜੂਦ ਹੈ, DSP ਸਾਊਥ ਜਸਵਿੰਦਰ ਸਿੰਘ ਜੀ ਅਤੇ ਸੈਕਟਰ 31 ਥਾਣੇ ਦੇ SHO ਰਾਮ ਰਤਨ ਜੀ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਕੀ ਮਾਮਲਾ ਸੀ ਪੂਰਾ? ਮਾਮਲਾ ਇੱਦਾਂ ਸੀਗਾ, ਸਾਡੇ ਪਿਛਲੇ ਇੱਕ ਮਹੀਨੇ ਦੇ ਵਿੱਚ 3 ਵਾਰਦਾਤਾਂ ਹੋਈਆਂ ਸੀ ਏਰੀਏ ਦੇ ਰਾਮ ਆਪਣਾ 31 ਥਾਣੇ ਦੇ ਏਰੀਏ 'ਚ, ਔਰ ਉਹਦੇ 'ਚ ਇਹੀ ਹੋ ਰਿਹਾ ਸੀਗਾ ਵੀ ਜੇ 3 ਲਗਾਤਾਰ ਹੋ ਰਹੀਆਂ, ਕੋਈ ਨਾ ਕੋਈ ਤਾਂ ਡੈਸਪਰੇਟ ਇਸ ਬੰਦੇ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ। ਇਹ ਇਨਫੋਰਮੇਸ਼ਨ ਨੇ ਜਿਹੜੀ ਮੇਰੀ, ਉਹ 'ਚ ਆਪਾਂ ਕੇਸ ਰਜਿਸਟਰ ਕੀਤੇ ਸੀਗੇ, ਕੇਸ ਰਜਿਸਟਰ ਕਰਕੇ ਆਪਾਂ ਆਪਣੀ ਟੀਮ ਲਗਾਈ ਸੀਗੀ। ਟੀਮ ਲਗਾਉਣ ਦੇ ਬਾਅਦ ਜਿਹੜੀ ਸਾਨੂੰ ਹਿਊਮਨ ਇੰਟੈਲੀਜੈਂਸ ਸਾਡੇ ਕੰਮ ਆਈ ਆ, ਉਹਦੇ ਨਾਲ ਕੀ ਪਤਾ ਲੱਗਿਆ ਵੀ ਇਹ ਜਿਹੜੀ ਵਾਰਦਾਤ ਕਰਦੇ ਆ, 2 ਬਲੈਕ ਕਾਲੇ ਰੰਗ ਦੇ ਮੋਟਰਸਾਈਕਲ ਆ, ਇੱਕ ਦੇ ਉੱਪਰ ਪੰਜਾਬ ਦਾ ਟੈਂਪਰੇਰੀ ਨੰਬਰ ਲਾਇਆ ਹੋਇਆ, ਔਰ ਇਹ ਅਕਸਰ ਜਿਹੜੇ ਵੀ ਛੋਟੇ ਜਿਹੜੇ ਕੰਮ ਕਾਜ ਕਰਦੇ ਆ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀਗੇ, ਉਹਨਾਂ ਦਾ ਮੋਬਾਈਲ ਖੋ ਕੇ ਭੱਜ ਲੈਂਦੇ ਸੀਗੇ। ਸਰ, ਇਹ ਕਿੰਨੇ ਮੋਬਾਈਲ ਟੋਟਲ ਬਰਾਮਦ ਹੋਏ ਅਤੇ ਕਿੰਨੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਾਲੇ ਤੱਕ? ਇਹ 3 ਸਾਡੇ ਏਰੀਏ ਦੀ ਵਾਰਦਾਤਾਂ ਸੀਗੀਆਂ, 3 ਦੀ ਸਾਡੀ ਰਿਕਵਰੀ ਹੋ ਚੁੱਕੀ ਮੋਬਾਈਲ ਦੀ। ਉਸ ਤੋਂ ਇਲਾਵਾ ਇਹ ਜਿਹੜੇ 39 ਮੋਬਾਈਲ ਹੋਰ ਮਿਲੇ ਨੇ ਬੰਦੇ ਤੋਂ, ਜਿਹੜੇ ਸ਼ੋਪਕੀਪਰ ਹੈ ਰਾਮ ਦਰਬਾਰ ਦੇ ਵਿੱਚ, ਉਹ ਆਪਣਾ ਇਹਨਾਂ ਤੋਂ ਮੋਬਾਈਲ ਲੈਂਦਾ ਸੀਗਾ ਅਤੇ 1500 ਦੇ ਵਿੱਚ ਇਹਨਾਂ ਨੂੰ ਖਰੀਦ ਲੈਂਦਾ ਸੀ ਇਹਨਾਂ ਤੋਂ। ਅਤੇ ਸਰ, ਪੁਲਿਸ ਨੇ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਸ਼ੋਪਕੀਪਰ ਦੀ? ਬਿਲਕੁਲ ਪਾਈ ਹੈ ਜੀ, ਕਿਉਂਕਿ ਜਿਹੜਾ ਨੋਇੰਗਲੀ ਤੁਹਾਨੂੰ ਪਤਾ ਵੀ ਆ, ਇੱਕ ਚੋਰੀ ਦਾ ਸਮਾਨ ਲੈਣਾ ਵੀ ਜੁਰਮ ਹੈ, ਅਤੇ ਇਸ ਲਈ ਉਹਦੀ ਵੀ ਗ੍ਰਿਫਤਾਰੀ ਇਹਦੇ 'ਚ ਪਈ ਹੈ ਜੀ। ਅਤੇ ਸਰ, ਬੜੀ ਵੱਡੀ ਰਿਕਵਰੀ ਹੈ, 42 ਮੋਬਾਈਲ ਹੈ, 2 ਮੋਟਰਸਾਈਕਲ ਹੈ, ਅਤੇ ਕੀ ਕਹਿਣਾ ਚਾਹੁੰਦੇ ਹੋ ਟੀਮ ਬਾਰੇ? ਸਰ, ਟੀਮ ਨੇ ਬਹੁਤ ਹੀ, ਮੈਂ ਕਹਾਂ ਸ਼ਾਬਾਸ਼ੀ, ਸ਼ਲਾਘਾਯੋਗ ਜਿਵੇਂ ਪੰਜਾਬੀ 'ਚ ਕਹਿੰਦੇ, ਐਕਸੀਡੈਂਟ ਵਰਕ ਹੈ ਜੀ। ਡੈਡੀਕੇਟਡ ਮੇਰੇ ਕੋਲ ਨਾਲ ਅਫਸਰ ਹੈਗੇ ਜੀ ਰਾਮ ਰਤਨ ਜੀ, ਇਹਨਾਂ ਦੀ ਟੀਮ ਵੀ ਡੈਡੀਕੇਟ ਹੈਗੀ ਹੈ, ਅਤੇ ਇੱਦਾਂ ਹੀ ਡੈਡੀਕੇਸ਼ਨ ਨਾਲ ਇਹ ਹੋਰ ਅੱਗੇ ਕੰਮ ਕਰਾਂਗੇ। ਅਤੇ ਹੁਣ ਤੱਕ ਇਨਵੈਸਟੀਗੇਸ਼ਨ 'ਚ ਆਇਆ ਸਰ ਵੀ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੰਦੇ ਸੀ, ਕੋਈ ਨਸ਼ਾ ਪੱਤਾ ਕਰਦੇ ਸੀ ਜਾਂ ਕਿਸ ਲਈ ਕਰਦੇ ਸੀ? ਇਹ ਆਪਣਾ ਇਹਨਾਂ ਦੀ ਦਾਰੂ ਪੀਣ ਦਾ ਜ਼ਿਆਦਾ ਆਦੀ ਸੀਗੇ ਜੀ, ਇਹ ਆਪਣਾ ਵੀ ਰੋਜ਼ ਦਾਰੂ ਚਾਹੀਦੀ ਇਹਨਾਂ ਨੂੰ, ਬੀਅਰ ਜਾਂ ਆਪਣੀ ਬਿਸਕੀ ਵਗੈਰਾ, ਅਤੇ ਉਹਦੇ ਲਈ ਤਾਂ ਪੈਸੇ ਤਾਂ ਚਾਹੀਦੇ ਜਾਏ ਸੀਗੇ, ਉਸੇ ਲੱਤ ਦੇ ਵਿੱਚ ਇਹ ਆਪਣਾ ਇਹ ਕਰਦੇ ਸੀਗੇ ਜੀ ਸਰੈਚਿੰਗ। ਅਤੇ ਸਰ, ਪੁਲਿਸ ਹੁਣ ਇਹਨੂੰ ਕੋਰਟ 'ਚ ਪੇਸ਼ ਕਰਦਾ ਇਹਨਾਂ ਪੰਜਾਂ ਨੂੰ? ਅੱਜ 5 ਨੂੰ ਕੋਰਟ 'ਚ ਪੇਸ਼ ਕਰਕੇ ਅਤੇ ਵਿੱਚ ਰਿਮਾਂਡ ਵੀ ਲਵਾਂਗੇ, ਅਤੇ ਅੱਗੇ ਫਰਦਰ ਹੋਰ ਪੁੱਛਾਂਗੇ ਹੋਰ ਕਿਹੜੀ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹਾਲੇ ਤੱਕ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਵੀ ਜਿਹੜੇ ਬਾਕੀ ਦੇ 39 ਮੋਬਾਈਲ ਹੈ, ਇਹ ਕਿੱਥੋਂ ਇਹਨਾਂ ਨੇ ਸਨੈਚਿੰਗ ਕੀਤੇ ਸੀ? ਨਹੀਂ, ਉਹ 9000 ਹੈ, ਇਹਦੇ 'ਚ ਆਪਾਂ ਜਿਹੜੀਆਂ ਡਿਟੇਲਸ ਲਵਾਂਗੇ ਇਹਨਾਂ ਤੋਂ, ਫਰਦਰ ਡਿਟੇਲਸ ਦੇ ਹਿਸਾਬ ਦੇ ਨਾਲ ਹੋਰ ਤਫਤੀਸ਼ ਕੀਤੀ ਜਾਏਗੀ। ਇਹ ਸੀ ਸਾਡੇ ਨਾਲ DSP ਸਾਊਥ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ 42 ਮੋਬਾਈਲ ਰਿਕਵਰ ਹੋਏ ਨੇ, 4 ਸਨੈਚਰ ਫੜੇ ਗਏ ਨੇ, ਅਤੇ ਇੱਕ ਸ਼ੋਪਕੀਪਰ ਫੜਿਆ ਗਿਆ ਜਿਹੜਾ ਕਿ ਇਹਨਾਂ ਕੋਲ ਮੋਬਾਈਲ ਲੈਂਦਾ ਸੀਗਾ, ਅਤੇ ਆਖਿਰਕਾਰ ਪੁਲਿਸ ਨੇ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਇਹਨਾਂ ਕੋਲ 42 ਮੋਬਾਈਲ ਤੋਂ ਇਲਾਵਾ 2 ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ TV। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X और WhatsApp चैनल पर।